ਸਲਾਮ, ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਜਗਤਾਰ ਸਿੰਘ ਪੁਰੀ। ਅਭੀ ਇੱਕ ਬਹੁਤ ਜ਼ਰੂਰੀ ਬਾਤ ਮੈਂ ਯਹਾਂ ਪੇ ਬਤਾਨਾ ਚਾਹਤਾ ਹੂੰ। ਆਜ ਕੱਲ ਫੇਸਬੁੱਕ ਕਾ ਔਰ ਇੰਟਰਨੈਟ ਕਾ ਜ਼ਮਾਨਾ ਹੈ, ਬਹੁਤ ਦੁਨੀਆ ਜੋ ਬਿਲਕੁਲ ਜਾਣਤੇ ਵੀ ਨਹੀਂ ਹੈ ਰੂਲ ਐਂਡ ਰੈਗੂਲੇਸ਼ਨਸ ਕੋ, ਵੋ ਵੀ ਆਪਣਾ ਅਕਾਊਂਟ ਬਣਾ ਕੇ ਫੇਸਬੁੱਕ ਪੇ ਔਰ ਦੂਸਰੇ ਮਾਧਿਅਮ ਸੇ ਯੂਟਿਊਬ ਪੇ ਆਤੇ ਹੈ। ਲੇਕਿਨ ਉਨ ਲੋਕੋ ਕੋ ਯਹ ਨਹੀਂ ਪਤਾ ਕਿ ਯੂਟਿਊਬ ਕ੍ਰੀਏਟਰ ਕਾ ਜੋ ਹੈ ਵੋ ਇਗਜ਼ਾਮਸ ਵੀ ਹੈ ਔਰ ਯੂਟਿਊਬ ਕ੍ਰੀਏਟਰ ਅਕੈਡਮੀ ਜੋ ਹੈ ਵੋ ਪੜ੍ਹਾਤੀ ਹੈ, ਔਨਲਾਈਨ ਇਗਜ਼ਾਮ ਵੀ ਦੇਤੀ ਹੈ। ਲੇਕਿਨ ਰਲੀ ਛਲੀ ਨੇ ਲੈ ਕੇ ਮੋਬਾਈਲ ਬਣਾ ਕੇ ਵੀਡੀਓ ਔਰ ਡਾਲਨੀ ਸ਼ੁਰੂ ਕਰ ਦੀ। ਉਸਮੇ ਉਨਕੋ ਯਹ ਨਹੀਂ ਹੈ ਕਿ ਇਸਕਾ ਸਬਜੈਕਟ ਕਿਆ ਹੈ ਔਰ ਸਬਜੈਕਟ ਵੋ ਜਿਸਕੇ ਬਾਰੇ ਮੈਂ ਬਤਾ ਰਹੇ ਹੈ ਵੋ ਸਬਜੈਕਟ ਕੈਸਾ ਹੈ, ਵੋ ਹਮਾਰੇ ਸਮਾਜ ਪੇ ਕੈਸਾ ਪ੍ਰਭਾਵ ਪੜੇਗਾ, ਯੇ ਉਨਕੇ ਦਿਮਾਗ ਮੇਂ ਬਿਲਕੁਲ ਨਹੀਂ ਹੈ। ਔਰ ਦੂਸਰਾ ਯੇ ਕਿ ਜੋ ਖੁਰਾਫਾਤੀ ਦਿਮਾਗ ਹੈ, ਖੁਰਾਫਾਤੀ ਉਰਦੂ ਮੇਂ ਖੁਰਾਫਾਤੀ ਕੋ ਆਪ ਸਮਝਦੇ ਹੋਂਗੇ, ਤੋ ਵੋ ਦਿਮਾਗ ਕਿਆ ਕਰਤੇ ਹੈ, ਜੋ ਚੈਨਲ ਬਹੁਤ ਅੱਛੇ ਚੱਲ ਰਹੇ ਹੈ, ਜੋ ਚੈਨਲ ਬਹੁਤ ਅੱਛੇ ਚੱਲ ਰਹੇ ਹੈ, ਉਨਕਾ ਨਾਮ ਲੈ ਕਰਕੇ ਬਹੁਤ ਸੀ ਜਗ੍ਹਾ ਮੈਂ ਉਨਕਾ ਨਾਮ ਲੈ ਕਰਕੇ ਵੋ ਔਰ ਬਤਾਤੇ ਹੈ ਕਿ ਹਮ ਫਲਾਂ ਚੈਨਲ ਸੇ ਆ ਗਏ ਹੈ ਔਰ ਇਸੇ ਦੁਵਿਧਾ ਜੇ ਪੈਦਾ ਹੋ ਜਾਤੀ ਹੈ ਕਿ ਜੋ ਐਕਚੁਅਲ ਚੈਨਲ ਕਾ ਓਨਰ ਹੈ, ਜੋ ਚੈਨਲ ਕਾ ਐਡਮਿਨ ਹੈ, ਉਸਕੋ ਪਤਾ ਨਹੀਂ ਚਲਤਾ। ਪਤਾ ਵੀ ਚਲ ਜਾਏ ਤੋ ਵੋ ਫਰੋਡ ਕਾ ਕੇਸ ਬਣਤਾ ਹੈ, ਉਨ ਲੋਕੋ ਕੋ ਪਤਾ ਨਹੀਂ ਹੈ ਜੋ ਐਸਾ ਚੈਨਲ ਕਾ ਨਾਮ ਲੈ ਦਿੱਤੇ ਹੈ ਕਿ ਹਮ ਫਲਾਣੇ ਚੈਨਲ ਸੇ ਆਏ ਹੈ, ਕਿਸੇ ਕੋਈ ਕਾਮ ਨਿਕਾਲਨਾ ਹੈ, ਕਿਆ ਕਰਨਾ ਹੈ ਉਨਕੋ, ਵੋ ਤੋ ਸਿੰਪਲੀ ਲੈ ਲੈਤੇ ਹੈ ਕਿ ਕੌਣ ਪੁੱਛਤਾ ਹੈ ਯੂਟਿਊਬ ਪੇ। ਲੇਕਿਨ ਜਿਸ ਚੈਨਲ ਕਾ ਵੋ ਨਾਮ ਲੈ ਕੇ ਨਿਕਾਲਤੇ ਹੈ, ਕਾਮ ਨਿਕਾਲਤੇ ਹੈ, ਵੋ ਚੈਨਲ ਕੋ ਪਤਾ ਲੱਗ ਜਾਤਾ ਹੈ, ਆਜ ਨਹੀਂ ਲੱਗੇ ਕੱਲ ਲੱਗੇਗਾ, ਲੇਕਿਨ ਵੋ ਫਰੋਡ ਕਾ ਕੇਸ ਬਣਤਾ ਹੈ। ਤੋ ਅਭੀ ਆਜ ਜੋ ਹੈ, ਆਜ 27 ਤਾਰੀਖ ਹੈ, ਯੇ ਫਰਵਰੀ ਗਈ 2020 ਹੈ। ਮੈਂ ਅਭੀ ਅਭੀ ਥਾਣਾ ਸੇ ਆ ਰਹਾ ਹੂੰ, ਮੈਂ ਥਾਣਾ ਸੇ ਕੋਈ ਤਕਰੀਬਨ 4 ਕਿਲੋਮੀਟਰ ਬਾਹਰ ਨਿਕਲ ਕੇ ਮੈਂ ਯੇ ਪ੍ਰੋਗਰਾਮ ਰਿਕਾਰਡ ਕਰ ਰਹਾ ਹੂੰ ਔਰ ਮੇਰੇ ਸੇ ਰਹਾ ਨਹੀਂ ਗਿਆ। ਮੈਂ ਅਭੀ ਸ਼ਾਮ ਹੈ, ਆਪਕੋ ਵੀ ਦਿਖਾਈ ਦੇ ਰਹਾ ਹੋਗਾ, ਸ਼ਾਮ ਹੈ, ਲੇਕਿਨ ਮੁਝੇ ਪ੍ਰੋਗਰਾਮ ਰਿਕਾਰਡ ਕਰਨਾ ਪੜ ਗਿਆ ਮਜਬੂਰੀ ਸੇ। ਵੋ ਐਸੇ ਹੁਆ ਕਿ ਕਿਸੀ ਨੇ, ਚਾਹੇ ਉਨਕਾ ਦਿਲ ਸਾਫ ਥਾ, ਲੇਕਿਨ ਜਿਸ ਵਕਤ ਕਾਨੂੰਨ ਕੀ ਬਾਤ ਆ ਜਾਤੀ ਹੈ ਤੋ ਯਹ ਨਹੀਂ ਮਾਫੀ ਹੋਤੀ ਕਿ ਸਾਫ ਦਿਲ ਥਾ ਕੈਸਾ ਥਾ, ਕ੍ਰਾਈਮ ਤੋ ਕ੍ਰਾਈਮ ਹੈ ਭਾਈ। ਤੋ ਉਹਨਾਂ ਨੇ ਕਿਸੀ ਚੈਨਲ ਕਾ ਨਾਮ ਲੈ ਕੇ ਬੈਨੀਫਿਟ ਉਠਾਉਣਾ ਚਾਹਾ, ਲੇਕਿਨ ਉਹ ਜੋ ਨਾਮ ਲਿਆ ਵੋ ਗੁੱਡ ਫੇਥ ਮੇਂ ਲਿਆ ਗਿਆ, ਲੇਕਿਨ ਪ੍ਰੋਬਲਮ ਯਹ ਹੋ ਗਈ ਕਿ ਜਿਸ ਚੈਨਲ ਕਾ ਨਾਮ ਲਿਆ ਗਿਆ ਉਨਸੇ ਉਹਨੇ ਸੰਪਰਕ ਵੀ ਨਹੀਂ ਕੀਆ, ਪਰਮਿਸ਼ਨ ਵੀ ਨਹੀਂ ਲੀ ਔਰ ਯਹ ਨਾਮ ਲੈਣੇ ਕੇ ਬਾਅਦ ਉਹਨਾਂ ਨੇ ਯਹ ਵੀ ਨਹੀਂ ਬਤਾਇਆ ਕਿ ਹਮਨੇ ਫਲਾਂ ਜਗ੍ਹਾ ਪੇ ਆਪਕਾ ਨਾਮ ਲੈ ਦਿਆ ਹੈ ਭਾਈ ਔਰ ਆਪ ਕੋਈ ਬਾਤ ਨਹੀਂ, ਇਤਨਾ ਵੀ ਸੰਪਰਕ ਉਹਨਾਂ ਨੇ ਨਹੀਂ ਕੀਆ। ਲੇਕਿਨ ਜਬ ਚੈਨਲ ਕੋ ਪਤਾ ਚੱਲਾ ਤਾਂ ਚੈਨਲ ਨੇ ਉਨ ਪੇ ਕੇਸ ਦਰਜ ਕਰਵਾ ਦਿਆ। ਅਭੀ ਹਮ ਜੋ ਇਤਨੇ ਪੱਤਰਕਾਰ ਥੇ ਔਰ ਵੀ ਥੇ ਬਹੁਤ ਸੇ ਲੋਕ ਮੀਡੀਆ ਕੇ ਲੋਕ, ਵੋ ਥਾਣਾ ਮੇਂ ਗਏ ਔਰ ਜਾ ਕੇ ਫੈਸਲਾ ਕਰਵਾਇਆ, ਉਨਕੋ ਹਦਾਇਤ ਕੀ ਕਿ ਆਗੇ ਕੇ ਲਈ ਆਪ ਇਸਤੇਮਾਲ ਨਹੀਂ ਕਰੇਂਗੇ। ਤੋ ਮੈਂ ਆਪ ਸਭੀ ਕੋ ਨਿਵੇਦਨ ਕਰਤਾ ਹੂੰ ਕਿ ਹਰ ਇੱਕ ਇਲਾਕੇ ਮੇਂ ਕੋਈ ਨਾ ਕੋਈ ਚੈਨਲ ਬੜਾ ਅੱਛਾ ਕੰਮ ਕਰ ਰਿਹਾ ਹੈ ਔਰ ਬਹੁਤ ਅੱਛੇ ਉਸਕੇ ਸਬਸਕ੍ਰਾਈਬਰਸ ਹੈ, ਤੋ ਇਲਾਕੇ ਮੇਂ ਉਨਕਾ ਚੈਨਲੋਂ ਕਾ ਨਾਮ ਹੈ, ਤੋ ਆਪ ਕਭੀ ਵੀ ਕਿਸੀ ਵੀ ਚੈਨਲ ਕਾ ਨਾਮ ਲੈ ਕਰਕੇ ਮੈਂ ਫਲਾਣੇ ਚੈਨਲ ਕਾ ਆਦਮੀ ਹੂੰ, ਮੈਂ ਫਲਾਣੇ ਚੈਨਲ ਸੇ ਆਇਆ ਹੂੰ, ਕੋਈ ਫਾਇਦਾ ਨਾ ਉਠਾਏ, ਕਹੀਂ ਵੀ ਨਾਮ ਉਸਕਾ ਲੈ ਕੇ ਫਾਇਦਾ ਨਾ ਉਠਾਏ। ਵੈਸੇ ਨਾਮ ਤੋ ਆਤਾ ਹੈ, ਫਲਾਣਾ ਚੈਨਲ ਹੈ, ਫਲਾਣਾ ਚੈਨਲ ਹੈ ਹਮਾਰੇ ਇਲਾਕੇ ਮੇਂ, ਲੇਕਿਨ ਉਸਕਾ ਨਾਮ ਲੈ ਕੇ ਫਾਇਦਾ ਮਤ ਉਠਾਈਏ ਆਪ, ਫਾਇਦਾ ਉਠਾਏਂਗੇ ਤੋ ਵੋ ਕੇਸ ਬਣੇਗਾ ਆਪਕੇ ਉੱਪਰ, ਕੇਸ ਵੀ ਸੁਣ ਲੀਜੀਏ ਕੈਸਾ ਬਣੇਗਾ। ਪਹਿਲੇ ਤਾਂ ਫਰੋਡ ਕਾ ਕੇਸ ਬਣੇਗਾ ਕਿ ਆਪ ਜੋ ਹੈ ਵੋ ਨਾਮ ਲੈ ਕੇ ਕੁਛ ਕਿਸੀ ਸੇ ਘੂਸ ਲੈ ਰਹੇ ਹਾਂ ਜਾਂ ਆਪਣਾ ਕੋਈ ਕੰਮ ਕਰਵਾ ਰਹੇ ਹੈ, ਅਗਰ ਆਪ ਕੈਸ਼ ਪੈਸਾ ਨਹੀਂ ਲੈਤੇ ਤਾਂ ਕੋਈ ਕੰਮ ਨਿਕਲਵਾਤੇ ਹਾਂ ਤਾਂ ਵੀ ਉਹ ਘੂਸ ਹੋ ਜਾਤੀ ਹੈ। ਅਗਰ ਆਪ ਕਿਸੀ ਕੇ ਕੋਈ ਪੈਸਾ ਨਹੀਂ ਲੈਤੇ ਕੋਈ ਬਾਤ ਨਹੀਂ, ਅਗਰ ਕਿਸੀ ਕੇ ਨਾਮ ਇਸਤੇਮਾਲ ਕਰਕੇ ਆਪ ਕੋਈ ਕੰਮ ਕਰਵਾ ਲੈਤੇ ਹੈ ਆਪਣਾ, ਚਾਹੇ ਵੋ ਚਾਹੇ ਕਾ ਕੱਪ ਪੀ ਲੈਤੇ ਹੈ, ਦਾਰੂ ਕੀ ਬੋਤਲ ਪੀ ਲੈਤੇ ਹੈ, ਤਬ ਵੀ ਵੋ ਜੋ ਹੈ ਆਪਕਾ ਕ੍ਰਾਈਮ ਬਣ ਜਾਤਾ ਹੈ। ਔਰ ਅਗਰ ਆਪ ਕਾ ਕੇਸ ਆਗੇ ਜਾਏਗਾ ਔਰ ਟ੍ਰੇਸ ਆਊਟ ਹੋਗਾ ਤੋ ਆਪ ਉਸਮੇ ਇਨਵਾਲਵ ਪਾਏ ਜਾਤੇ ਹੈ, ਤੋ ਕ੍ਰਾਈਮ ਬ੍ਰਾਂਚ ਜੋ ਹੈ ਸਾਈਬਰ ਕ੍ਰਾਈਮ ਬ੍ਰਾਂਚ ਜੋ ਹੈ ਵੋ ਆਪਕੀ ਪੂਰੀ ਇਨਕੁਆਇਰੀ ਕਰੇਗੀ, ਆਪਕੇ ਜਿਤਨੇ ਵੀ ਅਕਾਊਂਟਸ ਹੈ ਫੇਸਬੁੱਕ ਪੇ ਹੈ, ਆਪਕੇ ਪੇਜਿਸ ਹੈ, ਆਪਕੇ ਯੂਟਿਊਬ ਚੈਨਲਸ ਹੈ, ਆਪਕੇ ਵੋ ਸਾਰੇ ਕੇ ਸਾਰੇ ਖੰਗਾਲੇ ਜਾਏਂਗੇ
और अगर आप कहीं भी ऐसा पाए गए किसी और केस में पकड़े गए आप, तो आपका माफ करने वाला कोई नहीं होगा। इसलिए आप मेहरबानी करके ऐसा कोई काम ना करें, किसी चरण का नाम लेके अपना काम मत निकलवाएं। ओके, वीडियो देखने के लिए धन्यवाद, 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 धन्यवाद।